ਤਾਂ ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਸੁਖਪਾਲ ਸਿੰਘ ਖਹਿਰਾ ਦੀ ਜਨ ਸਭਾ ਦੇ ਵਿੱਚ ਸਿਮਰਨ ਮਹੰਤ ਦੀ ਕੁੱਟਮਾਰ ਕੀਤੀ ਗਈ ਹੈ। ਉਹੀ ਸਿਮਰਨ ਮਹੰਤ ਹੈ ਜਿਸ ਦਾ ਕਾਂਗਰਸੀ ਸਰਪੰਚ ਦੇ ਨਾਲ ਪਹਿਲਾਂ ਤੋਂ ਰੌਲਾ ਚੱਲਦਾ ਆ ਰਿਹਾ ਹੈ। ਸਿਮਰਨ ਮਹੰਤ ਆਪਣੇ ਕੁਝ ਬੰਦਿਆਂ ਦੇ ਨਾਲ ਖਹਿਰਾ ਦੀ ਜਨ ਸਭਾ ਪਹੁੰਚਦੀ ਹੈ, ਉੱਥੇ ਜਾ ਕੇ ਇਸ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਅਤੇ ਇਸਨੇ ਰੋਸ ਪ੍ਰਦਰਸ਼ਨ ਵੀ ਕੀਤਾ, ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਦੇ ਵੱਲੋਂ ਇਸ ਦੀ ਕੁੱਟਮਾਰ ਕੀਤੀ ਗਈ ਹੈ। ਸਿਮਰਨ ਮਹੰਤ ਨੂੰ ਮੌਕੇ ਤੋਂ ਭਜਾਇਆ ਗਿਆ। ਦੇਖੋ ਸੰਗਰੂਰ ਦੇ ਲੱਡਾ ਪਿੰਡ ਦੀਆਂ ਤਸਵੀਰਾਂ, ਜਿੱਥੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਜਨ ਸਭਾ ਲਾ ਰਹੇ ਸੀ, ਲੋਕਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ, ਤਾਂ ਉਸ ਮੌਕੇ ਹੰਗਾਮਾ ਹੋਇਆ ਹੈ। ਖਹਿਰਾ ਦੀ ਜਨ ਸਭਾ ਦੇ ਵਿੱਚ ਅਚਾਨਕ ਸਿਮਰਨ ਮਹੰਤ ਪਹੁੰਚ ਜਾਂਦੀ ਹੈ। ਖਹਿਰੇ ਸਾਹਮਣੇ ਸਟੇਜ ਦੇ ਉੱਤੇ ਇਸਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਕਾਂਗਰਸੀ ਵਰਕਰਾਂ ਨੇ ਸਿਮਰਨ ਮਹੰਤ ਨੂੰ ਪਹਿਲਾਂ ਸਮਝਾਇਆ, ਜਦ ਨਹੀਂ ਮੰਨੀ ਤਾਂ ਫਿਰ ਉਸਦੀ ਕੁੱਟਮਾਰ ਕੀਤੀ। ਸਿਮਰਨ ਮਹੰਤ ਦੀ ਵਰਕਰਾਂ ਦੇ ਵੱਲੋਂ ਗੱਡੀ ਵੀ ਭੰਨ ਦਿੱਤੀ ਗਈ ਹੈ। ਲੱਡਾ ਪਿੰਡ ਦੇ ਸਰਪੰਚ ਮਿੱਠੂ ਸਿੰਘ ਦੇ ਨਾਲ ਸਿਮਰਨ ਮਹੰਤ ਦਾ ਵਿਵਾਦ ਚੱਲ ਰਿਹਾ ਸੀ, ਦੋਹਾਂ ਨੇ ਵਿਆਹ ਕਰਵਾਇਆ ਸੀ ਪਰ ਬਾਅਦ ਦੇ ਵਿੱਚ ਅੱਡ ਹੋ ਗਏ। ਮਿੱਠੂ ਸਿੰਘ ਨੇ ਪਿੰਡ ਦੇ ਵਿੱਚ ਖਹਿਰਾ ਦੀ ਜਨ ਸਭਾ ਕਰਵਾਈ ਸੀ। ਦਰਅਸਲ ਸਿਮਰਨ ਮਹੰਤ ਅਤੇ ਮਿੱਠੂ ਸਿੰਘ ਵਿਆਹ ਕਰਵਾਇਆ ਸੀ ਇਹਨਾਂ ਨੇ ਕੁਝ ਸਮੇਂ ਪਹਿਲਾਂ, ਦੋਵੇਂ ਕਾਫੀ ਸਮਾਂ ਇਕੱਠੇ ਵੀ ਰਹੇ ਪਰ ਫਿਰ ਦੋਹਾਂ ਵਿਚਾਲੇ ਵਿਵਾਦ ਹੋ ਗਿਆ, ਜੋ ਖਬਰਾਂ ਦਾ ਚਰਚਾ ਵੀ ਬਣਿਆ ਰਿਹਾ ਖਬਰਾਂ ਦੇ ਵਿੱਚ, ਜਿਸ ਤੋਂ ਬਾਅਦ ਦੋਵੇਂ ਅਲੱਗ ਹੋ ਗਏ ਸੀ। ਮਹੰਤ ਨੇ ਸਰਪੰਚ ਖਿਲਾਫ ਕੇਸ ਵੀ ਦਰਜ ਕਰਵਾਇਆ ਸੀ ਅਤੇ ਇਲਜ਼ਾਮ ਵੀ ਲਗਾਇਆ ਕਿ ਸਰਪੰਚ ਨੇ ਉਸਦੇ ਨਾਲ ਵਿਆਹ ਦੇ ਨਾਂ 'ਤੇ ਠੱਗੀ ਕੀਤੀ ਹੈ, ਲੱਖਾਂ ਰੁਪਏ ਦੀ ਠੱਗੀ ਕੀਤੀ ਹੈ। ਬਸ ਇਸੇ ਚੀਜ਼ ਨੂੰ ਲੈ ਕੇ ਉਹ ਲੱਡਾ ਪਿੰਡ ਵਿਖੇ ਸਰਪੰਚ ਮਿੱਠੂ ਦੇ ਵਿਰੋਧ 'ਚ ਆਈ ਸੀ। ਸੰਗਰੂਰ ਦੇ ਜਿਹੜੇ ਉਮੀਦਵਾਰ ਨੇ, ਕਾਂਗਰਸ ਦੇ ਉਮੀਦਵਾਰ ਨੇ ਸੁਖਪਾਲ ਸਿੰਘ ਖਹਿਰਾ, ਉਹਨਾਂ ਦੇ ਵੱਲੋਂ ਜਨ ਸਭਾ ਲਗਾਈ ਗਈ ਸੀ। ਇਹ ਜਨ ਸਭਾ ਔਰਗਨਾਈਜ਼ ਵੀ ਮਿੱਠੂ ਸਿੰਘ ਦੇ ਵੱਲੋਂ ਕਰਾਈ ਗਈ। ਮਿੱਠੂ ਸਿੰਘ ਨੇ ਜਦ ਇਹ ਜਨ ਸਭਾ ਔਰਗਨਾਈਜ਼ ਕਰਾਈ, ਸਿਮਰਨ ਮਹੰਤ ਨੂੰ ਪਤਾ ਚੱਲਿਆ। ਸਿਮਰਨ ਮਹੰਤ ਮੌਕੇ 'ਤੇ ਪਹੁੰਚਦੀ ਹੈ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਸਿਮਰਨ ਮਹੰਤ ਦੀ ਕੁੱਟਮਾਰ ਕੀਤੀ ਹੈ। ਹਾਲਾਂਕਿ ਹੁਣ ਤੱਕ ਪੁਲਿਸ ਨੇ ਕੀ ਇਸ 'ਤੇ ਐਕਸ਼ਨ ਲਿਆ ਹੈ ਇਹ ਸਾਹਮਣੇ ਨਹੀਂ ਆਇਆ, ਪਰ ਤਸਵੀਰਾਂ ਦੇਖੋ ਕਿਵੇਂ ਕਾਂਗਰਸੀ ਵਰਕਰ ਸਿਮਰਨ ਮਹੰਤ ਨੂੰ ਕੁੱਟ ਰਹੇ ਨੇ। ਹਾਂਜੀ, ਮੈਂ ਸਿਮਰਨ ਮਹੰਤ ਪਟਿਆਲੇ ਤੋਂ ਹੈ ਅਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੇਰਾ ਡਿਸਪਿਊਟ ਇਹਦੇ ਨਾਲ ਮਿੱਠੂ ਨਾਲ ਚੱਲ ਰਿਹਾ, ਮਿੱਠੂ ਲੱਡੇ ਨਾਲ, ਜਿਹੜਾ ਆਪਣਾ ਨੂੰ ਇੱਕ ਫਰਜ਼ੀ ਸਰਪੰਚ ਜਾਂ ਆਪਣਾ ਯੂਥ ਕਾਂਗਰਸ ਦਾ ਆਪਣਾ ਨੂੰ ਪ੍ਰਧਾਨ ਦੱਸਦਾ ਫਰਜ਼ੀ। ਇਸ ਬੰਦੇ ਨੇ ਸਾਡੇ ਨਾਲ 50-60 ਲੱਖ ਦੀ ਠੱਗੀ ਲਾ ਕੇ ਇਹ ਆਰਾਮ ਨਾਲ ਸ਼ਾਂਤੀ ਨਾਲ ਇੱਥੇ ਕਾਂਗਰਸ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਆਪਣੀਆਂ ਟਪੂਸੀਆਂ ਮਾਰਦਾ ਫਿਰਦਾ, ਲੋਕਾਂ ਨੂੰ ਮਿਸਗਾਈਡ ਕਰ ਰਿਹਾ ਔਰ ਲੋਕਾਂ ਨੂੰ ਇਹ ਕਹਿਣਾ ਚਾਹ ਰਿਹਾ ਕਿ ਮੈਂ ਆਪਣਾ ਇਹ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਔਰ ਉਸ ਤੋਂ ਬਾਅਦ ਮੈਨੇ MLA ਦੀ ਲੜਨੀ ਹੈ ਔਰ ਬੜੇ ਬੜੇ ਖਾਬ ਦੇਖ ਰਿਹਾ ਕਿਹਦੇ ਸਿਰ 'ਤੇ ਸਾਡੇ 50 ਲੱਖ ਰੁਪਏ ਦੇ ਸਿਰ ਦੇ ਉੱਤੇ, ਜਿਹਦੀ ਇਨਵੈਸਟੀਗੇਸ਼ਨ ਪਹਿਲਾਂ BOI ਨੇ ਵੀ ਕੀਤੀ, ਬਿਊਰੋ ਆਫ ਇਨਵੈਸਟੀਗੇਸ਼ਨ, ਇਹਦੇ ਉੱਤੇ ਪਰਚਾ ਵੀ ਦਰਜ ਹੋਇਆ ਔਰ ਇਹ ਜੇਲ੍ਹ ਵੀ ਕੱਟ ਕੇ ਆਇਆ। ਸੋ ਇਹ ਖਹਿਰਾ ਸਾਹਿਬ ਨੂੰ ਅਸੀਂ ਅੱਜ ਜਦੋਂ ਇਹਨੇ ਖਹਿਰਾ ਸਾਹਿਬ ਦੀ ਮੀਟਿੰਗ ਰੱਖੀ ਹੋਈ ਸੀ, ਮੇਰਾ ਮੋਟਿਵ ਇਹੀ ਸੀ ਕਿ ਖਹਿਰਾ ਸਾਹਿਬ ਨੂੰ ਔਰ ਜਾ ਕੇ ਪਿੰਡ ਵਾਲਿਆਂ ਨੂੰ ਅਸੀਂ ਇਹ ਜਾਣੂ ਕਰਵਾਈਏ ਕਿ ਇਹ ਬੰਦਾ ਕਿੰਨਾ ਘਟੀਆ ਇਨਸਾਨ ਹੈ। ਸਾਡੇ ਕੋਲ ਇਹਦੇ ਸਾਰੇ ਪਰੂਫ ਨੇ, ਸਾਰੀਆਂ ਬੈਂਕ ਦੀਆਂ ਟ੍ਰਾਂਜੈਕਸ਼ਨਸ ਨੇ, ਗੂਗਲ ਪੇ ਦੀਆਂ ਟ੍ਰਾਂਜੈਕਸ਼ਨਸ ਨੇ ਔਰ ਉਸ ਤੋਂ ਇਲਾਵਾ ਸਾਰੀਆਂ ਫੋਟੋ ਇਹਨੇ ਮੈਰਿਜ ਕਰਵਾਈ ਸੀ ਕਿ ਮੇਰੇ ਨਾਲ ਧੱਕੇ ਨਾਲ ਔਰ ਤੱਕ ਮੈਰਿਜ ਕਰਵਾ ਕੇ ਇਹਨੇ ਸਾਡੇ ਨਾਲ ਬਹੁਤ ਮੇਰੇ ਨਾਲ ਪੈਸਾ ਲੁੱਟ ਮਾਰ ਕਰਕੇ ਇਹਨੇ ਮੈਨੂੰ ਸੜਕਾਂ ਦੇ ਉੱਤੇ ਛੱਡ ਦਿੱਤਾ। ਇਸ ਬੰਦੇ ਨੇ ਅੱਜ ਇਹਨਾਂ ਨੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜੀ ਦੀ ਲੱਡੇ ਪਿੰਡ ਦੇ ਵਿੱਚ, ਅਤੇ ਸੁਖਪਾਲ ਖਹਿਰਾ ਜੀ ਨੂੰ ਮੈਂ ਇਹੀ ਦੱਸਣਾ ਚਾਹੁੰਦੀ ਸੀ ਖਹਿਰਾ ਸਾਹਿਬ ਨੂੰ ਕਿ ਵੀ ਇਹ ਕਿੰਨਾ ਕਰਪਟਡ ਬੰਦਾ, ਕਿਉਂਕਿ ਉਹਨਾਂ ਲੋਕਾਂ ਨੂੰ ਇਹ ਮਿਸਗਾਈਡ ਇਹ ਕਰਦਾ ਕਿ ਨਹੀਂ ਜੀ ਮੇਰਾ ਉਹਨਾਂ ਨਾਲ ਫੈਸਲਾ ਹੋ ਚੁੱਕਿਆ ਵੀ ਜੋ ਮੇਰਾ ਲੈਣ ਦੇਣ ਸੀ ਮੈਨੇ ਸਾਰਾ ਦਿੱਤਾ, ਸਾਡੇ ਕੋਈ ਲੈਣ ਦੇਣ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ, ਪੈਸੇ ਇਹਦੇ ਕੋਲ ਨੇ ਔਰ ਇਹ ਲੋਕਾਂ ਨੂੰ ਮਿਸਗਾਈਡ ਕਰਦਾ ਪਿਆ। ਜਦੋਂ ਅਸੀਂ ਸੁਖਪਾਲ ਖਹਿਰਾ ਦੀ ਮੀਟਿੰਗ ਦੇ ਵਿੱਚ ਅਸੀਂ ਪਹੁੰਚੇ ਉੱਥੇ ਰੈਲੀ ਦੇ ਵਿੱਚ, ਤਾਂ ਰੈਲੀ ਦੇ ਵਿੱਚ ਮੇਰੇ ਨਾਲ ਮੇਰੇ 3-4 ਸਾਥੀ ਸੀਗੇ। ਜਦੋਂ ਮੈਂ ਖਹਿਰਾ ਸਾਹਿਬ ਕੋਲ ਗਈ ਕਿ ਮੈਨੇ ਆਪਣਾ ਪੱਖ ਪੇਸ਼ ਕਰਨਾ ਵੀ ਮੈਨੂੰ ਪੱਖ ਪੇਸ਼ ਕਰਨ ਦਿਉ,
ਇਹਨੇ ਉੱਥੇ ਆਪਣੇ ਗੁੰਡੇ ਅਤੇ ਕੁਛ ਇਸ ਤਰ੍ਹਾਂ ਦੀ ਲੇਡੀਜ਼ ਖੜਾਈਆਂ ਹੋਈਆਂ ਸੀ, ਕਰੈਕਟਰਲੈਸ ਲੇਡੀਜ਼, ਜਿਨ੍ਹਾਂ ਨੇ ਮੇਰੇ ਚੇਲਿਆਂ ਨਾਲ ਵੀ ਅਤੇ ਮੇਰੇ ਨਾਲ ਵੀ ਬਹੁਤ ਉੱਥੇ ਹੁੱਲੜਬਾਜ਼ੀ ਕੀਤੀ, ਸਾਡੇ ਨਾਲ ਧੱਕਾ ਮੁੱਕੀ ਕੀਤੀ ਉੱਥੇ ਗਿਆ ਨਾਲ, ਔਰ ਮੇਰੇ ਹੱਥ 'ਚੋਂ ਮਾਈਕ ਖੋਲ੍ਹ ਲਿੱਤਾ ਗਿਆ। ਖਹਿਰਾ ਸਾਹਿਬ ਨੂੰ ਮੈਨੂੰ ਇੱਕ ਗੱਲ ਇਹ ਕਹਿਣਾ ਚਾਹੁੰਦੀ ਹਾਂ ਵੀ ਐਡੇ ਵੱਡੇ ਲੀਡਰ ਨੇ, ਸਗੋਂ ਲੀਡਰ ਨੂੰ ਤਾਂ ਮੇਰਾ ਦੁੱਖ ਸੁਣਨਾ ਚਾਹੀਦਾ ਸੀ। ਉਹ ਵੋਟਾਂ ਦੇ ਆਪਣੀ ਵੋਟਾਂ ਕਰਕੇ ਦੇਖੋ, ਵੋਟਾਂ ਮੰਗਣ ਦੇ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਹੀ ਨਹੀਂ ਸੁਣਿਆ। ਘੱਟੋ ਘੱਟ ਐਟਲੀਸਟ ਜਦੋਂ ਉੱਥੇ ਧੱਕਾ ਮੁੱਕੀ ਹੋਈ ਹੈ, ਤੁਸੀਂ ਸਾਰਿਆਂ ਨੇ ਵੀਡੀਓ ਦੇਖੀ, ਉਹਨੂੰ ਐਟਲੀਸਟ ਰੁਕਵਾ ਤਾਂ ਸਕਦੇ ਸੀ ਨਾ, ਕਿ ਇਸ ਤਰ੍ਹਾਂ ਦੇ ਲੀਡਰ ਹੁੰਦੇ ਨੇ, ਇਸ ਤਰ੍ਹਾਂ ਦੇ ਲੋਕਾਂ ਨੂੰ ਨਾਲ ਲਾ ਲਾ ਕੇ ਸਾਡਾ ਬੇੜਾ ਗਰਕ ਕਰਵਾਉਣਗੇ ਕਿੰਨਰ ਸਮਾਜ ਦਾ। ਕੀ ਗੱਲ ਐਲਜੀਬੀਟੀ ਜਿਹੜਾ ਕਿਊ ਹੈ, ਇਹ ਲੋਕ ਸੋਚਦੇ ਨੇ ਕਿ ਇਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਨਹੀਂ ਕੀਤਾ ਜਾਂਦਾ, ਸੋ ਇਹੀ ਚੀਜ਼ਾਂ ਦਾ ਨਜਾਇਜ਼ ਫਾਇਦਾ ਉਠਾ ਕੇ ਇਹ ਲੋਕ ਸਾਡੇ ਨਾਲ ਇਹ ਅੱਤਿਆਚਾਰ ਕਰ ਰਹੇ ਨੇ। ਬੋਲੋ, ਮੈਂ ਹੁਣ ਇੱਥੇ ਧੂਰੀ ਥਾਣੇ ਦੇ ਵਿੱਚ ਆਈ ਹਾਂ ਸਦਰ ਦੇ ਵਿੱਚ, ਔਰ ਇੱਥੇ ਮੈਂ ਆਪਣਾ ਆਪਣਾ ਕੇ ਕੰਪਲੇਂਟ ਦਿੱਤੀ ਹੈ ਵੀ ਸਾਡੇ ਨਾਲ ਇਹ ਧੱਕਾ ਮੁੱਕੀ ਕੀਤੀ ਹੈ। ਮੇਰੇ ਉੱਥੇ ਗੱਡੀ ਦੇ ਵਿੱਚ ਇਹਨਾਂ ਨੇ ਮੇਰੇ ਚੇਲਿਆਂ ਨਾਲ ਵੀ ਹੱਥੋਂ ਪਾਈ ਕੀਤੀ ਹੈ, ਅਤੇ ਸਾਡਾ ਮੇਰੇ ਚੇਲਿਆਂ ਦਾ ਪਰਸ ਪੁਰਸ, ਸਮਾਨ ਸਮੂਨ, ਮੁੰਡਿਆਂ ਨੇ ਜੋ ਉੱਥੇ ਲੇਡੀਜ਼ ਖੜਾਈਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਦੀਆਂ, ਅਤੇ ਮੁੰਡੇ ਖੜਾਏ ਹੋਏ ਸੀ ਗੁੰਡੇ ਟਾਈਪ ਦੇ, ਅਤੇ ਉਹਨਾਂ ਨੇ ਬਹੁਤ ਮਿਸਬਿਹੇਵ ਕੀਤਾ, ਉਹਨਾਂ ਦੇ ਪੈਸੇ ਵੀ ਖੋਏ ਨੇ ਅਤੇ ਮਾਰ ਕੁੱਟ ਵੀ ਉਹਨਾਂ ਨਾਲ ਕੀਤੀ ਹੈ, ਮੇਰੇ ਮਗਰ ਹੁੱਲੜਬਾਜ਼ੀ ਕੀਤੀ ਹੈ, ਅਤੇ ਮੈਂ ਉੱਥੋਂ ਆਪਣਾ ਜਾਨ ਬਚਾ ਕੇ ਆਈ ਹਾਂ। ਮੈਂ ਜਾਨ ਬਚਾ ਕੇ ਆਪਣਾ ਗੱਡੀ ਦੇ ਵਿੱਚ, ਬਿਲਕੁਲ ਸਮਾਪਤ ਨਹੀਂ ਹੋਇਆ, ਅੰਡਰ ਟ੍ਰਾਇਲ ਹੈ ਸਾਰਾ ਕੁਛ, ਸਾਰੀਆਂ ਪ੍ਰੋਸੀਡਿੰਗਸ ਚੱਲ ਰਹੀਆਂ ਨੇ, ਲਿਟੀਗੇਸ਼ਨਸ ਵੀ ਚੱਲ ਰਹੀਆਂ ਨੇ। ਲੋਕਾਂ ਨੂੰ ਮਤਲਬ ਇਹ ਲੋਕਾਂ ਨੂੰ ਮਿਸ ਗਾਈਡ ਕਰਦਾ ਫਿਰਦਾ ਕਿ ਮੇਰਾ ਸਾਰਾ ਕੁਛ ਸੋਰਟ ਆਊਟ ਹੋ ਗਿਆ। ਇਹ 2020 ਦੇ ਵਿੱਚ, ਉਦੋਂ ਤੋਂ ਡਿਸਪਿਊਟ ਚੱਲ ਰਿਹਾ ਸਾਡਾ ਇਹ।